अस्सलाम वालेकुम, मैं हूँ तुहाडा मेज़बान मोहम्मद अवैस। और मैं आफ्ताब अली। अज असी इस वीडियो विच ना एक इलैक्ट्रीशियन नूं प्रैंक कॉल करांगे ते उहनां दे जिहड़े ने ना जवाब सुनांगे कि वो सानूं किस तरह दे जवाब देंदे ने या उहनां दा जिहड़ा रिएक्शन है साडी कॉल दे उत्ते वो कैंवें दा देंदे ने। जी उन्हां नूं बिल्कुल जो है ना बड़ा तंग करांगे, उन्हां नूं जो है ना सताने की कोशिश करांगे और वेखांगे जो है ना उन्हां दे कैसे रिएक्शन आ रहे हैं। और इस तरह दियां मजीद फनी वीडियो वेखण वास्ते साडे चैनल नूं लाइक करो, सबसक्राइब करो तो बैल आइकन में दबाना ना भुल्यो ता कि जिड़ी भी कोई साड़ी नई वीडियो आए वो थोड़े तक पहुँच। मॉड्यूल को अपना बनाने के लिए अभी स्टार का बटन दबाएं। शुक्रिया। अस्सलाम वालेकुम। अस्सलाम वालेकुम। वालेकुम सलाम। हाँ जी, फरियाद साहब गल कर रहे थे। हाँ जी हाँ जी। अच्छा ते ना भाई, तुसी ना परसों बदोमली आए हो पक्के सही करन, पता जी? ਬਦਮਲੀ ਹਾਂਜੀ, ਕਿੱਦਾਂ ਨਾ? ਆ 3-4 ਦਿਨਾਂ ਦੀ ਗੱਲ ਹੋ ਗਈ ਨਹੀਂ ਯਾਰ, ਮੈਂ ਵੀ ਨਹੀਂ ਆਇਆ ਬਦਮਲੀ ਤੇ। ਯਾਰ ਤੁਸੀਂ ਆਏ ਹੋ, ਆਪਣਾ ਨੰਬਰ ਵੀ ਦੇ ਕੇ ਆਏ ਸੀ ਮੈਨੂੰ। ਯਾਰ ਬਦਮਲੀ ਮੈਂ ਲਾਹੌਰ ਰਾਤੀ ਆਇਆ ਵਾਂ, ਮੈਂ 8-10 ਦਿਨਾਂ ਬਾਅਦ ਮੈਂ ਬਦਮਲੀ ਕਿ ਆਈ। ਨਹੀਂ ਤੁਸੀਂ ਪਰਸੋਂ 3 ਦਿਨ ਹੋ ਗਏ ਨੇ ਤੁਸੀਂ ਪੱਖੇ ਸਹੀ ਕਰਕੇ ਆਏ ਹੋ, ਫੇਰ ਖਰਾਬ ਹੋ ਗਏ। ਯਾਰ ਮੈਂ ਕਰ ਕੇ ਨਹੀਂ ਆਇਆ ਵੀਰ, ਮੈਂ ਰਾਤੀ ਲਾਹੌਰੋਂ ਆਇਆ 15 ਦਿਨਾਂ ਬਾਅਦ, ਮੈਂ ਬਦਮਲੀ ਕਿਸ ਟਾਈਮ ਖਾਸ ਵੀ ਕਿਤੇ ਕਰ ਗਿਆ ਭਾਈ। ਨਹੀਂ ਤਾਂ ਤੁਸੀਂ ਫਰਿਆਦ ਹੀ ਹੋ ਨਾ। ਫਰਿਆਦ ਹੈ, ਇੱਕ ਫਰਿਆਦ ਹੋਰ ਵੀ ਹੈ ਨਾ, ਉਹਦਾ ਨੰਬਰ ਲੈ ਲਓ ਨਾ, ਉਹਦਾ ਤੁਸੀਂ ਫਰਿਆਦ ਇੱਕ ਹੋ ਗਿਆ, ਉਹ ਨਾ ਕਰਕੇ ਆਇਆ ਹੋਏ। ਤੁਸੀਂ ਫਰਿਆਦ ਇਲੈਕਟ੍ਰੀਸ਼ਨ, ਤੁਸੀਂ ਆਪਣਾ ਨੰਬਰ ਆਪ ਦੇ ਕੇ ਆਏ ਸੋ ਯਾਰ। ਯਾਰ ਨੰਬਰ ਦਿੱਤਾ ਹੈਗਾ ਪਰ ਬਦਮਲੀ ਮੈਂ ਆਇਆ ਹੀ ਨਹੀਂ ਵੀਰ, ਮੈਂ 15 ਰਾਤੀ ਆਇਆ, 10-12 ਦਿਨਾਂ ਬਾਅਦ ਰਾਤੀ ਆਇਆ ਲਾਹੌਰੋਂ ਮੈਂ। ਨਹੀਂ, ਤੁਸੀਂ ਫਰਿਆਦ ਨਵਾਜ਼ ਹੋ ਨਾ। ਹਾਂਜੀ ਹਾਂਜੀ, ਤੁਸੀਂ ਆਪਣਾ ਨੰਬਰ ਦਿੱਤਾ ਸੀ ਮੈਨੂੰ। ਯਾਰ ਬਦਮਲੀ ਮੈਂ ਗਿਆ ਹੀ ਨਹੀਂ ਪੱਖੇ ਸਹੀ ਕਰਨ ਬਾਸ਼ੋ। ਯਾਰ ਮੈਂ ਤੁਹਾਡੇ ਕੋਈ ਕਰਵਾਏ ਨੇ, ਤੁਸੀਂ ਮੈਨੂੰ ਆਪਣਾ ਨੰਬਰ ਵੀ ਦਿੱਤਾ ਹੈ। ਯਾਰ ਬਦਮਲੀ ਕਿਹੜੀ ਜਗ੍ਹਾ ਪਤਾ ਲੱਗਿਆ ਨਾ, ਪੁਰਾਣੀ ਜਗ੍ਹਾ ਦੇ ਬਦਮਲੀ। ਆ ਉਰਾ ਨਹੀਂ ਉਹ ਬਾਜ਼ਾਰ 'ਚ ਜਾਂਦੇ ਹੀ 2-3 ਘਰ ਛੱਡ ਕੇ। ਯਾਰ ਮੈਂ ਗਿਆ ਹੀ ਨਹੀਂ ਬਦਮਲੀ, ਮੈਂ ਫਿਰ ਲਾਲ ਕੰਮ ਹੀ ਨਹੀਂ ਕੋਈ ਕੀਤਾ ਕਿਤੇ ਵੀ ਆ ਯਾਰ। ਤੇ ਅੱਛਾ, ਤੇ ਮੈਂ ਅੱਛਾ ਉਹ ਚਲੋ, ਮੈਂ ਇੱਕ ਧੇਦਾ ਕੰਮ ਬਦਮਲੀ ਕੀਤਾ ਸ਼ੇਖਾਂ ਨਾਲ, ਬਸ ਉਹਨਾਂ ਦੀ ਵਾਇਰਲ ਕੀਤੀ ਪਿਛਲੇ ਸਾਲ ਦੀ ਗੱਲ, ਸਾਲ ਹੋ ਗਿਆ ਢੇਰ। ਨਹੀਂ ਉਸ ਨਹੀਂ ਤੋਂ ਇਲਾਵਾ ਕਿਹਦਾ ਕੰਮ ਹੀ ਨਹੀਂ ਮੈਂ ਕਰਨ ਗਿਆ ਨਹੀਂ ਨਹੀਂ 3-4 ਦਿਨ ਨਹੀਂ ਹੋਏ ਨੇ ਤੁਸੀਂ ਗਏ ਹੋ, ਤੁਹਾਨੂੰ ਯਾਦ ਭੁੱਲ ਗਿਆ ਹੋਣਾ। ਯਾਰ ਮੈਂ ਵੀਰ ਮੇਰੇ ਯਾਰ ਏਡਾ ਮੇਰਾ ਜ਼ਹਿਨ ਖਰਾਬ ਨਹੀਂ ਆਇਆ, ਕਿਉਂਕਿ ਮੈਂ ਰਾਤੀ ਤੇ ਮੈਂ ਲਾਹੌਰੋਂ ਆਉਣ ਡਿਆ ਵਾਂ, ਮੈਂ ਬਦਮਲੀ ਗਿਆ ਹੀ ਕੋਈ ਨਹੀਂ ਵੀਰ। ਯਾਰ ਤੂੰ ਹੁਣ ਤੈਨੂੰ ਆਵੇ ਕਿ ਮੈਂ ਦੁਬਾਰਾ ਤੈਨੂੰ ਬੁਲਾਵਾਂਗਾ ਪੱਖੇ ਸਹੀ ਕਰਾਵਾਂਗਾ, ਤੂੰ ਗੱਲ ਬੁਲਾ ਦੇ। ਯਾਰ ਗੱਲ ਬੁਲਾਏ ਗੱਲ ਜੋ ਬਦਮਲੀ ਮੈਂ ਗਿਆ ਹੀ ਨਹੀਂ ਕੰਮ ਕਰਨ ਵੀਰ, ਗੱਲ ਬੁਲਾਉਣੇ ਕਿਹੜੀ ਗੱਲ ਹੈ, ਗੱਲ ਇਹ ਕਿ ਮੈਂ ਰਾਤੀ 15 ਦਿਨਾਂ ਬਾਅਦ ਲਾਹੌਰੋਂ ਆਇਆ ਵਾਂ ਤੇ ਮੈਂ ਗਿਆ ਹੀ ਨਹੀਂ ਬਦਮਲੀ, ਸਿਰਫ ਸ਼ੇਖਾਂ ਦੀ ਸਿਰਫ ਵੈਰਾਂ ਕੀਤੇ ਵੀ 2 ਸਾਲ ਹੋ ਗਏ, ਉਸ ਤੋਂ ਬਾਅਦ ਬਦਮਲੀ ਮੈਂ ਕਿਹੜਾ ਕੰਮ ਹੀ ਨਹੀਂ ਕੀਤਾ, ਨਾ ਕਿਹੜਾ ਪੱਖਾ ਕੀਤਾ ਵੀਰ ਨਾਲ ਕਿਸੇ ਦੀ ਗੱਲ ਕੀਤਾ ਹੁੰਦਾ ਤੇ ਮੈਂ ਤਾਂ ਵੀ ਠੀਕ ਵੀ ਕੀਤਾ ਵਿਆਹ, ਤੇ ਫਿਰ ਮੈਂ ਤਾਂ ਵੀ ਠੀਕ ਵੀ ਫਿਰ ਮੈਂ ਕਰ ਵੀ ਦਿੰਦਾ। ਤੇ ਯਾਰ ਤੁਸੀਂ ਆਪਣਾ ਨੰਬਰ ਮੈਨੂੰ ਦੇਖ ਕੇ ਆਇਓ, ਠੀਕ ਹੈ ਨਾ, ਆਪਣਾ ਨਾਮ ਵੀ ਲਿਖਵਾ ਕੇ ਆਇਓ ਫਰਿਆਦ, ਤੁਹਾਡੇ ਕੋਲ ਤੁਹਾਡੇ ਵਾਲਦ ਦਾ ਨਾਮ ਪੁੱਛਿਆ, ਤੁਸੀਂ ਦੱਸਿਆ ਜੀ ਨਵਾਜ਼, ਉਹੀ ਤੁਸੀਂ ਹੁਣ ਦੱਸਣ ਦੇ, ਹੁਣ ਮੈਂ ਕੀ ਮੰਨਾ? ਮੈਂ ਨੀ ਕਰਕੇ ਆਇਆ ਯਾਰ, ਸ਼ਾਇਦ ਨੰਬਰ ਲਿਖਾਇਆ ਹੋਇਆ ਪਰ ਮੈਂ ਕੀਤੇ ਨੀ ਕੰਮ ਬਦਮੋਲੀ, ਤੁਸੀਂ ਇਹਨੇ ਪੱਖਿਆਂ ਦਾ ਕਰਕੇ, ਪੱਖਿਆਂ ਦਾ ਮੈਂ ਕਰਕੇ ਨੀ ਆਇਆ ਬਦਮੋਲੀ, ਤੇ ਮੈਂ ਕਿਵੇਂ? ਅੱਛਾ ਯਾਰ, ਵੈਸੇ ਮਿਲ ਗਈ ਨੰਬਰ ਉਹ ਇਲੈਕਟ੍ਰੀਸ਼ਨ ਦਾ ਜੀ? ਆਹੋ ਉਹੀ ਯਾਰ, ਉਹਨੂੰ ਹੀ ਆਖਣ ਦਿਆ ਵਾ ਤੇ ਉਹ ਮੰਨ ਨਹੀਂ ਰਿਹਾ ਕਿ ਕੀ ਹਿਸਾਬ ਕਿਤਾਬ। ਮੰਨ ਕਿਉਂ ਨਹੀਂ ਰਿਹਾ, ਪੱਖੇ ਸਹੀ ਕਰਕੇ ਗਿਆ, ਹੁਣ ਕਿਉਂ ਨਹੀਂ ਮੰਨ ਰਿਹਾ ਬਈ? ਪੈਸੇ ਲੈ ਕੇ ਗਿਆ ਜਾਂ ਮੂੰਹ ਮੰਗੀ ਸੀ ਕੀਮਤ ਦਿੱਤੀ ਹੈ, ਤੇ ਉਹੀ ਗੱਲ ਜਾਂ ਹੁਣ ਬਦਮਲੀ ਵੀਰ ਮੈਂ ਆਇਆ ਹੀ ਨਹੀਂ ਕੰਮ ਕਰਨ, ਤੇ ਮੇਰਾ ਨੰਬਰ ਕੀ ਬਾਕੀ ਤੇ ਕੋਈ ਲਿਆ ਤੂੰ ਫਿਰ? ਤੁਸੀਂ ਆਪ ਦਿੱਤਾ ਸੀ ਆਪਣਾ ਨੰਬਰ ਆਪਣੇ ਹੱਥੀ ਮੇਰੇ ਮੋਬਾਈਲ 'ਚ ਸੇਵ ਕਰਕੇ ਗਏ ਹੋ। ਕੀ ਮੈਂ ਕੀ ਮੈਨੂੰ ਨਾ ਹੀ ਨਹੀਂ, ਮੈਂ ਤੈਨੂੰ ਪੜ੍ਹ ਜਿਹਾ ਆਇਆ, ਮੈਨੂੰ ਤਾਂ ਨਾਮ ਹੀ ਨਹੀਂ ਆਉਂਦਾ ਲਿਖਣਾ, ਮੈਂ ਕਿਵੇਂ ਤੇਰਾ ਸੇਵ ਕਰ ਦਿੱਤਾ? ਨੰਬਰ ਨੰਬਰ ਤੇ ਤੁਸੀਂ ਹੀ ਲਿਖਿਆ ਸੀ ਨਾ, ਨੰਬਰ ਤੁਸੀਂ ਹੀ ਲਿਖਿਆ ਸੀ, ਨਾਮ ਤੁਹਾਡਾ ਮੈਂ ਸੇਵ ਕੀਤਾ ਸੀ। ਉਹ ਯਾਰ ਤੂੰ ਨਾ ਇੱਥੇ ਮੇਹਾ ਦੋ ਕਿ ਮੇਸ ਆਇਆ ਨਾ, ਮੈਂ ਸਾਹਮਣੇ ਆਇਆ ਪਤਾ ਲੱਗੇ ਪੁਰਾਣਾ ਪਤਾ ਬਦਮਲੇ ਆਪਾਂ, ਤੇ ਫਿਰ ਲਾ ਮੈਂ ਕੰਮ ਕੀਤਾ ਨਹੀਂ ਆਇਆ ਪਹਿਲੇ ਨੰਬਰ ਤੇ। ਯਾਰ ਮੇਰੀ ਗੱਲ ਸੁਣ ਕੇ, ਗਰਮੀ ਵਿੱਚ ਜਾਣਾ ਪਹਿਲਾਂ ਤੇਰੇ ਕੋਲ ਕੰਮ ਕਰਾਇਆ ਸਾਂ, ਉਹ ਤੋਂ ਬਾਅਦ ਜਾਣਾ ਤੈਨੂੰ ਪੈਸੇ ਦਿੱਤੇ, ਹੁਣ ਤੇਰੇ ਮਗਰ ਮਗਰ ਖਜਾ ਖਰਾਬ ਹੋ ਜਾਣੀ ਗਰਮੀ, ਸਾਡਾ ਦਿਮਾਗ ਖਰਾਬ ਹੈ। ਉਹ ਤੂੰ ਉੱਥੋਂ ਜਾ ਕੇ ਕਰਾ ਕੇ ਆ, ਕੀ ਨਾ ਤੈਨੂੰ ਮੈਂ ਦੱਸ ਦਿੰਦਾ ਵਾ, ਮੇਰੇ ਉੱਪਰ ਨਾ ਪਿੰਡ ਹੈ ਨਾ, ਉੱਥੇ ਜਾ, ਉੱਥੇ ਉਹ ਬੰਦੇ ਹੈ ਨੀ ਕਿੱਥੇ ਕਰਕੇ ਵਾਲਾ ਪੁੱਤਰਾ, ਜਿਹੜੇ ਡਰਾਮਾ ਫੜੇ ਹੈ ਬੇਕੂ ਦਾ ਪੁੱਤਰ ਹੈ। ਕਿੱਥੇ ਪਿੰਡ ਦਾ ਨਾਂ ਦੱਸਿਓ? ਪਿੰਡ ਦਾ ਨਾਂ ਉਹ ਜਿੱਥੇ ਰਹਿੰਦਾ ਵੇ ਬਦੋਮਲੀ ਦਾਦਾ, ਫਿਰ ਨਾ ਕੋਈ ਕੁਝ ਦੱਸਣ ਡਿਆ, ਝੂਠ ਬੋਲੀ ਜਾਂਦਾ ਬਹਿ ਕੇ। ਕੌਣ ਝੂਠ ਬੋਲ ਰਿਹਾ, ਕੌਣ ਹੈ ਸਰ ਤੁਸੀਂ?
पैसे ले तेरे मगर मगर ही तुरी फिरी यार दस रुपए पतली गई यार देखो तू समझना नहीं है यार मैं नहीं मरना मैं काम करन दिया तू ही तो वेले बैठे छावे तो मैं काम दिया करन यार ऐसी तू पे बैग फोन करन दिया छावे ही क्यों बैग फोन करना है तू ना कर तू बंद कर मैं ट्विटर लगा चलावन तू केड़े वाले ला रहे है मनु फोन बंद ना करियो सर जी मैं आ जाना जे तेरे पिंड नहीं आदोगे पिंड जे तू तू अगी हडे पिंड होना तू आया तू दफा सा खेती आ यार मेरी मेरी गल तो सुन पैसे ले रहे तो हुन यार पक्के सही ना करेगा तो ये गल मारी है ना इंसानियत भी कोई चीज है ना कर गया ना चलो आने ऐसी ताड़े पेंड फिर आज दे फिर कर लेने साफ ताप ड्रामे छाड़ दे ड्रामे छाड़ दे तू ड्रामे छाड़ छाड़ा ते काम कर यार तू जे ना गलत समझ रहे हैं मैं कितू किनू की पहचान दी की मन समझ नहीं लगी तेरी गल दी यार तो